खबर लिंदे मुल्लापुर दाखा तो जेकर घरां दे विच स्मार्ट मीटर लगाए गए तो करांगे विरोध। किसान आगू पावरकॉम अड्डा दाखा एक्सीएम नूं दित्ता मंग पत्र। जेकर पावरकॉम अधिकारियों वल्लों घरां दे अंदर स्मार्ट मीटर लगाए गए तो स्थानक इलाके की दशमेश किसान मजदूर यूनियन चौंकीमान पंजाब इसका डटमा विरोध करेगी। इस संबंधी उक्त किसान यूनियन आगुआ ने पावरकॉम अड्डा दाखा के एक्सीएम श्री धर्मपाल नूं मंग पत्र देण उपरंत पत्रकारां नाल गलबात करदिआं सांझा कीता है। दशमेश किसान मजदूर यूनियन दे प्रधान सतनाम सिंह मोर क्रीमा ने कहा है कि अखबारां अते सोशल मीडिया राहीं सुन विच आ रहा है कि पावरकॉम विभाग पिंडां ते शहरां दे अंदर स्मार्ट मीटर लगवा रहा है और जिस दी ओह मीटर प्रति 7000 रुपए की रकम खपतकारां तों वसूली जाएगी और साड़ी यूनियन अते इलाके दे खपतकार इसका बाइकाट करनगे। इस संबंधी जब एक्सीएम धर्मपाल नाल गलबात कीती तां उन्होंने कहा कि अजिही कोई प्रक्रिया नहीं है, ये तां उत्थे ही लगाए जा रहे ने जिथे संवेदनाशील थावां ने भाव के बिजली की चोरी वगैरह होने दीआं खबरां मिल रही ने और उन्होंने इस गल नूं क्लीयर कर दिता कि इहो जिहा अजे तक कोई भी प्रावधान नहीं आया। इस संबंध विच की गलबात हुई है आओ सुनते हैं। वाहिगुरु जी का खालसा वाहिगुरु जी फतेह। जिहड़े अज असीं मीटरां दी खातर कट्ठे होए आं, मीटर बैल तां सानूं दूजे नहीं दे हुंदे सारियां स्टेटां नालों, साडे इत्थे पंजाब दे विच बैल महंगे आउंदे आ, लोकां नूं 10-10 हज़ार रुपया बैल आउंदा, ਉਹ ਨਹੀਂ ਦੇ ਹੁੰਦੇ। ਜਿਹੜੇ ਹੁਣ ਕਰਨ ਲੱਗੇ ਇਹਨਾਂ ਤਾਂ ਸਾਨੂੰ ਉਹੀ ਮਾਰ ਦੇਣਗੇ, ਫਿਰ ਸਾਨੂੰ ਉਦੋਂ ਲਾਡਣਾ ਹੀ ਚੱਕਣੀਆਂ ਪੈਣੀਆਂ, ਧੱਕਾ ਅਸੀਂ ਹੋਣ ਨਹੀਂ ਦੇਣਾ, ਮੀਟਰ ਅਸੀਂ ਲੱਗਣ ਨਹੀਂ ਦੇਣੇ ਕਿਸੇ ਸੂਰਤ ਉੱਤੇ। ਜੇ 26 ਤਰੀਕ ਨੂੰ ਇਹਨਾਂ ਨੇ ਸਾਡੇ ਲੀਡਰ ਉੱਥੇ ਚਲੇ ਵੀ ਜਾਣਗੇ, ਅਸੀਂ ਜਿਹੜੇ ਬੰਦੇ ਰਹਿ ਗਏ ਅਸੀਂ ਇਹ ਵਾਅਦਾ ਕਰਦੇ ਮੈਂ ਪਿੰਡ ਪੱਧਰ 'ਤੇ ਚਾਹੇ ਸਾਡੀ ਜਾਨ ਚਲੀ ਜਾਵੇ ਅਸੀਂ ਮੀਟਰ ਨਹੀਂ ਲੱਗਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਪਤਾ ਲੱਗਿਆ ਵੀ ਨੋਟੀਫਿਕੇਸ਼ਨ ਜਾਰੀ ਹੋਇਆ ਪੰਜਾਬ ਸਰਕਾਰ ਵੱਲੋਂ ਵੀ ਸਮਾਰਟ ਮੀਟਰ ਲਾਉਣ ਦੀ ਤਿਆਰੀ ਕਰ ਰਹੇ ਨੇ, ਜਿਹਦਾ 7000 ਜੋ ਮਤਲਬ ਇਹਨਾਂ ਨੇ ਰੱਖਿਆ ਵਾ ਪਰ ਮੀਟਰ ਦਾ, ਉਹ ਸਾਡੇ ਮਤਲਬ ਖਪਤਕਾਰਾਂ 'ਤੇ ਬਹੁਤ ਵੱਡੀ ਮਤਲਬ ਇੱਕ ਲੁੱਟ ਵਾਲੀ ਗੱਲ ਆ ਵੀ ਪਹਿਲਾਂ ਹੀ ਅਸੀਂ ਤਾਂ ਮਤਲਬ ਕਿਸਾਨ ਮਾਰੂ ਨੀਤੀਆਂ ਦੇ ਸੰਘਰਸ਼ ਲੜ ਰਹੇ ਹਾਂ। ਸੋ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ, ਜਿੰਨਾ ਟਾਈਮ ਸਾਡਾ ਸੰਘਰਸ਼ ਚੱਲਦਾ ਵਾ ਇਹ ਜੋ ਵੀ ਮੀਟਰਾਂ ਵਾਲਾ ਮਤਲਬ ਸਕੀਮ ਆ ਉਹ ਬੰਦ ਕੀਤੀ ਜਾਵੇ, ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ। ਅਤੇ ਅਸੀਂ ਮੰਗ ਪੱਤਰ ਦੇਣ ਆਇਆ ਐਕਸੀਐਮ ਸਾਹਿਬ ਨੂੰ ਵੀ ਇਹ ਮੀਟਰ ਲਾਏ ਨਾ ਜਾਣ ਜਿੰਨਾ ਟਾਈਮ ਸਾਡਾ ਸੰਘਰਸ਼ ਚੱਲਦਾ ਕਿਸਾਨਾਂ ਦਾ, ਅਤੇ ਇਹਦੇ ਬਾਰੇ ਸਾਨੂੰ ਖੁੱਲ੍ਹ ਕੇ ਦੱਸਿਆ ਜਾਵੇ ਇਹਦੇ ਜੋ ਵੀ ਇਹਨਾਂ ਦੀ ਮਤਲਬ ਇਹ ਨੀਤੀ ਇਹਦੇ ਬਾਰੇ ਸਾਡੇ ਹਜੇ ਲੋਕਾਂ ਨੂੰ ਪਤਾ ਨਹੀਂ ਗਾ। ਅਤੇ ਜੇ ਇਹ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਅੱਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਪਹਿਲਾਂ ਤਾਂ ਜੀ ਅਸੀਂ ਪੂਰੇ ਇਲਾਕੇ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਵੀ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਇਹਦਾ ਜਿਹੜਾ ਗਠਨ ਆ ਹੋ ਚੁੱਕਿਆ ਵਾ, ਚੌਂਕੀਮਾਨ ਜਿਹੜਾ ਅੱਡਾ ਵਾ ਉਹਦਾ ਹੈੱਡ ਆਫਿਸ ਰੱਖਾਂਗੇ ਜੀ। ਹੁਣ ਜਿੰਨਾ ਕੁ ਚਿਰ ਪਹਿਲਾਂ ਚਲੋ ਜੋ ਕੁਛ ਹੋਣਾ ਸੀ ਇਲਾਕੇ ਦੇ ਵਿੱਚ ਹੋ ਚੁੱਕਿਆ ਜੀ, ਪਰ ਇਹ ਯੂਨੀਅਨ ਇਸ ਲਈ ਹੈ, ਇਹ ਪਲੇਟਫਾਰਮ ਉਹ ਆ ਵੀ ਜਿੱਥੋਂ ਲੋਕਾਂ ਦੀ ਆਵਾਜ਼ ਨੂੰ ਚੁੱਕਿਆ ਜਾਊਗਾ। ਅੱਜ ਵੀ ਅਸੀਂ ਉਸੇ ਹਿੱਤ ਜਿਹੜੇ ਬਿਜਲੀ ਬੋਰਡ ਦੇ ਮੀਟਰ ਹੁਣ ਨਵੇਂ ਲਾਉਣੇ ਸ਼ੁਰੂ ਕਰਨੇ ਆ ਸਮਾਰਟ ਮੀਟਰ ਜੀ, ਉਹਦਾ 7000 ਰੁਪਏ ਇਹਨਾਂ ਨੇ ਕੀਮਤ ਵਸੂਲਣੀ ਹੈ ਖਪਤਕਾਰ ਤੋਂ। ਹਾਲਾਂਕਿ ਮੀਟਰ ਦੇ ਬਿੱਲ ਦੇ ਵਿੱਚ ਜਦੋਂ ਅਸੀਂ ਬਿੱਲ ਭਰਦੇ ਹਾਂ 20 ਰੁਪਏ ਮੀਟਰ ਦਾ ਕਿਰਾਇਆ ਸਾਨੂੰ ਪਾਇਆ ਜਾਂਦਾ, ਹਰ ਇੱਕ ਅਸੀਂ ਮੀਟਰ ਦੇ ਆਪਦਾ ਬਿੱਲ ਮੀਟਰ ਦਾ ਕਿਰਾਇਆ ਵੀ ਮਹੀਨੇ ਦੀ ਮਹੀਨੇ ਇਹਨਾਂ ਨੂੰ ਦਿੰਦੇ ਹਾਂ ਮਹਿਕਮੇ ਨੂੰ। ਸੋ ਇਸ ਕਰਕੇ ਅਸੀਂ ਐਕਸ਼ਨ ਸਾਹਿਬ ਨੂੰ ਅਤੇ SDO ਸਾਹਿਬ ਨੂੰ ਅੱਜ ਇੱਥੇ ਮੰਗ ਪੱਤਰ ਦੇਣਾ ਵਾ ਵੀ ਕਿਸੇ ਵੀ ਕੀਮਤ 'ਤੇ ਜਿਹੜੇ ਮੀਟਰ ਆ ਜਿੰਨਾ ਚਿਰ ਸਾਨੂੰ ਪੂਰਾ ਸਪਸ਼ਟੀਕਰਨ ਇਹਦਾ ਕਲੀਅਰ ਨਹੀਂ ਕਰਦੇ ਮਹਿਕਮਾ ਵੀ ਇਹਦੀ ਕੀ ਕੀਮਤ ਆ, ਅਸੀਂ 0 ਕੀਮਤ 'ਤੇ ਲਵਾਵਾਂਗੇ, ਉਹ ਵੀ ਜੇ ਸਾਡੇ ਇਲਾਕੇ ਦੇ ਲੋਕ ਚਾਹੁੰਣਗੇ ਤਾਂ ਲੱਗਣਗੇ ਜੀ, ਮਹਿਕਮੇ ਦੀ ਕੋਈ ਧੱਕੇਸ਼ਾਹੀ ਨਹੀਂ ਚੱਲਣ ਦੇਣੀ ਅਸੀਂ। ਇਸ ਕਰਕੇ ਅੱਜ ਇਹਨਾਂ ਨੂੰ ਮੰਗ ਪੱਤਰ ਦੇਣਾ, ਜੇ ਫਿਰ ਵੀ ਮਹਿਕਮਾ ਲਾਉਂਦਾ ਉਹਦਾ ਡਟਮਾ ਵਿਰੋਧ ਕਰੂਗੀ ਸਾਡੀ ਯੂਨੀਅਨ ਲੋਕਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਨਾਲ। ਤੁਹਾਨੂੰ ਕੀ ਲੱਗਦਾ ਕੁਛ ਚਿਰ ਪਹਿਲਾਂ ਹੀ ਹਜੇ ਜੇ ਦੇਖਣ 'ਚ ਆਇਆ ਕਿ ਜਿਹੜੇ ਮੀਟਰ ਆ ਹਜੇ ਘਰਾਂ 'ਚ ਬਾਹਰ ਲੱਗ ਰਹੇ ਨੇ, ਮਹਿਕਮੇ ਦੀ ਇਹ ਪਹਿਲੀ ਸਕੀਮ ਸੀਗੀ, ਅਤੇ ਹੁਣ ਜਦ ਮੀਟਰ ਚੋਰੀ ਬਿਜਲੀ ਦੀ ਕਰਨ ਤੋਂ ਇਲਾਵਾ ਵੀ ਘਰਾਂ ਤੋਂ ਬਾਹਰ ਲੱਗ ਗਏ ਨੇ, ਅਤੇ ਫਿਰ ਹੁਣ ਸਮਾਰਟ ਮੀਟਰਾਂ ਦੀ ਲੋੜ ਪਈ, ਕੀ ਸਮਝਦੇ ਹੋ? ਅਸੀਂ ਫੋਨ 'ਤੇ ਸੰਪਰਕ ਕਰਿਆ ਸੀਗਾ ਜੀ ਉੱਚ ਅਧਿਕਾਰੀ ਦੇ ਨਾਲ, ਚਲੋ ਉਹਨਾਂ ਨੇ ਵਧੀਆ ਸਲਾਹ ਜਾਂ ਜੋ ਅਸੀਂ ਪੁੱਛਿਆ ਉਹਨਾਂ ਨੇ ਦੱਸਿਆ। ਮੇਨ ਕੀ ਹੈ ਕਿ ਜਿਹੜਾ ਪ੍ਰਾਈਵੇਟਕਰਨ ਹੋ ਰਿਹਾ ਉਹਦੇ ਵੱਲ ਇਹ ਸਰਕਾਰ ਆ ਜਾਂ ਮਹਿਕਮਾ ਵੱਧ ਰਿਹਾ ਵਾ, ਲੋਕ ਪਹਿਲਾਂ ਹੀ ਮਾਰੇ ਜਾ ਚੁੱਕੇ ਆ ਕਰਜ਼ੇ ਦੀ ਮਾਰ ਹੇਠ ਜਾਂ ਕਰੋਨਾ ਦਾ ਕਹਿ ਲਓ ਜਾਂ ਕਿਸਾਨੀ ਸੰਘਰਸ਼ ਆ ਜਿਹੜਾ ਉਹਦੇ ਕਰਕੇ ਪਰੇਸ਼ਾਨ ਨੇ, ਪਰ ਉੱਪਰ ਦੀ ਇਹਨਾਂ ਨੇ ਹੁਣ ਇਹ ਆੜ ਲਈ ਆ ਵੀ ਲੋਕ ਉੱਥੇ ਗਏ ਹੋਏ ਨੇ, ਇੱਧਰ ਪਿੱਛੇ ਅਸੀਂ ਟੰਗ ਦਾਂਗੇ 7000 ਰੁਪਏ ਜਿਹੜਾ ਉਹ ਵਸੂਲ ਲਾਂਗੇ। ਕਿਤੇ ਇਹ ਤਾਂ ਨਹੀਂ ਚਾਲ ਬਈ ਲੋਕਾਂ ਨੂੰ ਇੱਥੇ ਅਲਝਾ ਦੀਆਂ ਮੀਟਰਾਂ ਦੇ ਚੱਕਰ 'ਚ ਵੀ ਉਹ ਦਿੱਲੀ ਜਾਣਾ ਇਹਨਾਂ ਦਾ? ਨਹੀਂ ਅਸੀਂ ਅਲਝਣੇ ਨਹੀਂ, ਅਸੀਂ ਤਾਂ ਸਿਰਫ ਇੱਕ ਦੇ ਚੱਲੇ ਹਾਂ ਜੀ 10 ਮਿੰਟ ਦੀ ਖੇਡ ਆ, ਉਦੋਂ ਬਾਅਦ ਦਿੱਲੀ ਨੂੰ ਨਿਪਟ ਕੇ ਫਿਰ ਇੱਧਰ ਆਵਾਂਗੇ, ਜੇ ਕੋਈ ਟੰਗੂਗਾ ਵੀ ਅਸੀਂ ਉਹ ਮਤਲਬ ਮਹਿਕਮੇ ਨੂੰ ਇਹੀ ਦੱਸਣਾ ਵੀ ਕਿਸੇ ਕੀਮਤ 'ਤੇ ਲਾਓ ਨਹੀਂ ਰੱਖਣ ਦੇਣਾ, ਜੇ ਕੋਈ ਬਾਅਦ ਦੇ ਵਿੱਚ ਲਾਉਂਦਾ ਜ਼ਿੰਮੇਵਾਰ ਮਹਿਕਮਾ ਹੋਊਗਾ, ਜੇ ਕੋਈ ਮੀਟਰ ਨੂੰ ਅਸੀਂ ਲਾ ਕੇ ਸਾਨੂੰ ਫਿਰ ਮਜ਼ਬੂਰੀ ਕੋਈ ਤਰੀਕਾ। ਮੈਂ ਆਪਣੇ
ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ, 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।